सत श्री अकाल, अस्सलाम वालेकुम, प्रणाम साहब नूं जी। सो अज मैं आया हाँ जी कस्बा राहों, इसकी तहसील राहों, जिला नवांशहर है। वंड वेले जलंधर जिले का हिस्सा हुंदा सी। इत्थे तुहानूं विखावांगा एक पुराना घर। पाकिस्तान वेले का सो अजकल इत्थे रहिंदे ने। यह है कालू निवास, स्वर्गीय सरदार हजारा सिंह कालू। तो यह घर किसदा होएगा? बहुत शानदार घर सी। अद्धा हिस्सा एक भरा को, अद्धा हिस्सा एक भरा को है, लेकिन उही दीवारा, मोटिया दीवारा, छत्तां भावें बाद विच बदलियां गईयां ने, अज भी निशानियां पुराने घर दियां। आओ तुहानूं विखाने आ इह घर किसदा होवेगा, इहदी तलाश है। ठंडे ठार बालिया वाले कमरे, बाले गार्डर और दीवार बिल्कुल 5 फुट चौड़ी, छोटिया इटा की जिनके प्लस्तर किया हो अंदरों। और विखानिया और निशानिया, रोशनी करो। वाह, ठंडे ठार कमरे, एसी, उस परिवार का तोशा खाना। वाह वाह वाह, कोठड़ियाँ अंदर एक दिन फिर मारो। अच्छा जी, अंदर भी मारो। ये जड़ी ये दी है, ये खिड़की ये पुरानी हुई है? नहीं, वो ही पता नहीं ज़्यादा पाकिस्तान की किन्हें किन्हें 100 साल हो चले इन्हें बनी। अच्छा जी, वो ही लकड़ी है। हाँ जी, ये भी है नहीं। हाँ जी, ये अपनी लुआई है, ये अपनी लुआई है, पुरानी है। दिखाए और पर्दा हटाए, हाँ पता लगेगा द्वार कितनी चौड़ी है। आ देखो जी द्वार, वाह यार, चार सौ रुपए पे आ खोलियो मेरा खिड़की जी। ये देखो कितनी द्वार चौड़ी है, जिथों लगभग 3 फुट थल्यो 5 फुट चौड़ी है। नहीं, थल्यो नहीं, 12 फुट। पाकिस्तान तो आयो? पाकिस्तान सियालकोट जिला ही नंगल पिंड सी। नंगल मां बाप भी मेरा भी जन्म इथों दा ही है। हां जी, ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਪਰਮਜੀਤ ਸਿੰਘ ਕਾਲੋ। ਅੱਛਾ, ਤੁਹਾਡੇ ਪਿਤਾ ਜੀ ਦਾ? ਪਿਤਾ ਜੀ ਦਾ ਸਰਦਾਰ ਹਜ਼ਾਰਾ ਸਿੰਘ ਕਾਲੋ। ਤੇ ਦਾਦਾ ਜੀ ਦਾ ਜੀ? ਦਾਦਾ ਜੀ ਸਰਦਾਰ ਸੋਹਣ ਸਿੰਘ ਕਾਲੋ। ਠੀਕ ਹੈ ਜੀ। ਇਹ ਕਦੋਂ ਤੋਂ ਇਸ ਤੁਸੀਂ ਮਕਾਨ 'ਚ ਰਹਿ ਰਹੇ ਹੋ? ਅਸੀਂ ਸਾਨੂੰ 1970 1970 'ਚ ਲਿਆ ਕਿਸੇ ਕੋਲ। 70 'ਚ ਅਸੀਂ ਲਿਆ ਸੀ। ਹਾਂਜੀ, ਪਹਿਲਾਂ ਅਸੀਂ ਦੂਸਰੇ ਮਹੱਲੇ ਰਹਿੰਦੇ ਸੀਗੇ, ਜਿਹੜੇ ਇੱਧਰ ਜ਼ਮੀਨ ਲੈ ਲਈ, ਮੁੜ ਕੇ ਇਹ ਘਰ ਲੈ ਗਿਆ ਸੀਗਾ। ਉਹ ਆਪਾਂ ਬਾਬਿਆਂ ਚਾਚਿਆਂ ਨੇ ਦਿੱਤਾ ਜਿਹੜਾ ਪੁਰਾਣਾ ਘਰ। ਠੀਕ ਹੈ ਜੀ। ਕੋਈ ਮੁਸਲਮਾਨਾਂ ਘਰ ਸੀ, ਇਹ ਵੀ ਮੁਸਲਮਾਨਾਂ ਘਰ ਹੈ। ਇਹ ਕੀ ਦੱਸਦੇ ਨੇ ਕਿਦਾਂ ਘਰ ਸੀ? ਇਹ ਸੀ ਡਾਕਟਰ ਮੀਆਂ ਸਾਹਿਬ ਸੀਗਾ, ਮੀਆਂ ਸਾਹਿਬ ਦੇ ਨਾਂ ਤੇ ਹੀ ਘਾਟੀ ਵੱਜਦੀ ਹੈ ਤੇ ਮੀਆਂ ਸਾਹਿਬ ਦਾ ਹੀ ਘਰ ਵੱਜਦਾ ਜੀ। ਤੇ ਉਹਦਾ ਮੀਆਂ ਸਾਹਿਬ ਡਾਕਟਰ ਸੀ, ਉਹਦਾ ਪੱਲੇ ਪਾਸੇ ਹੁੰਦਾ ਸੀ ਡਾਕਟਰਖਾਨਾ, ਇੱਥੇ ਉਹਦੀ ਰਹਿਸ਼ ਸੀ। ਦੱਸਦੇ ਨੇ ਕਿ ਆਏ ਵੀ ਸਾਨੂੰ ਵੇਖਣ? ਆਏ ਸਨ, ਉਹਨਾਂ ਦਾ ਕੋਈ ਪਰਿਵਾਰ ਹੈ, ਕੋਈ MLA ਵਗੈਰਾ ਨੇ ਪਾਕਿਸਤਾਨ ਦੇ ਵਿੱਚ। ਅੱਛਾ ਜੀ, ਇਹ ਨਹੀਂ ਪਤਾ ਆਏ ਸਨ ਵੇਖਣ? ਆਏ ਸਨ, ਲੇਡੀਜ਼ ਸਨ। ਹਾਂਜੀ, ਤੇ ਉਹਨਾਂ ਨੇ ਆ ਕੇ ਇੱਥੇ ਵੇਖਿਆ, ਕਦੇ ਆਪਣਾ ਘਰ ਵੇਖ ਕੇ ਗਏ। ਉਸੇ ਤਰ੍ਹਾਂ ਤੁਸੀਂ ਆਪਣਾ ਮਕਾਨ ਰੱਖਿਆ ਹੋਇਆ?
ਇਹ ਦਿਲ ਨਹੀਂ ਕਰਦਾ ਵੀ ਇਹਨੂੰ ਬਦਲੀਏ ਦੁਬਾਰਾ। ਗਰਮੀਆਂ ਨੂੰ ਠੰਡੇ ਬਿਲਕੁਲ ਜੀ ਬਿਲਕੁਲ ਠੰਡੇ, ਕੋਈ ਮਤਲਬ ਸਰਦੀਆਂ ਨੂੰ ਗਰਮ, ਕੋਈ ਮਤਲਬ ਨੀ ਹੈਗਾ। ਹਾਂਜੀ ਤੇ ਸਿਆਲ ਨੂੰ ਗਰਮ ਜੇ ਕੰਨਾਂ ਭਾਰੀਆਂ ਨੇ ਇਹਦੇ ਵਿੱਚ ਜਿਹੜੀ ਧੁੱਪ ਹੈ ਉਹ ਵੜ ਨਹੀਂ ਸਕਦੀ। ਸਰਦੀਆਂ ਨੂੰ ਨਿੱਜੇ ਰਹਿੰਦੇ ਨੇ, ਜੇ ਲੈਂਟਰ ਪਾ ਦਿੰਦੇ ਤੇ ਉਹ ਛੱਤਾਂ ਜਿਹੜੀਆਂ ਤਪ ਜਾਂਦੀਆਂ ਨੇ, ਇਹ ਛੱਤਾਂ ਤਪਦੀਆਂ ਨੇ ਹੈਗੀਆਂ। ਸਿਆਲ ਨੂੰ ਨਿੱਜੀਆਂ ਉਹ ਮੇਖਲਾ ਖਿੜਕੀ ਜਿਹੀ ਪੁਰਾਣਾ ਪੁਰਾਣਾ ਜਿਹੜਾ ਪੁਰਾਣਾ ਵਾਲਾ ਤੇ ਪੁਰਾਣੀ ਇਹ ਬਾਰੀ ਬੂਰੀ ਸਭ ਪੁਰਾਣੀ। ਕੋਈ ਛੋਟਾ ਸਟੋਰ ਬਣਾਇਆ ਕੋਈ ਰੱਖ ਲਓ ਗਰਮ ਗੁਰਮ ਕਰਨ ਵਾਲੇ ਜੋ ਵੀ ਹੈ। ਹਾਂਜੀ ਵਾਹਿਗੁਰੂ। ਆਹ ਦੂਜਾ ਕਮਰਾ ਵਿਖਾਓ ਹੋਰ ਜੀ, ਕਮਰਾ ਹੋਰ ਵਿਖਾਉਂਦੇ ਆ। ਰੋਸ਼ਨੀ ਕਰਨਾ ਜੀ, ਵਾਹ ਕਾਫੀ ਉੱਚੀ ਉੱਚੀ ਛੱਤਾਂ। ਹਾਂਜੀ ਵਾਹ ਜੀ ਵਾਹ। ਪੁਰਾਣੀ ਗਰਿੱਲ ਹੁੰਦੀ ਸੀ ਉਹਨੂੰ ਚੇਂਜ ਕਰਕੇ ਅਸੀਂ ਇਹਨੂੰ ਬਾਰੀ 'ਚ ਮਲ ਕੇ ਯੂਜ਼ ਕਰ ਲਿਆ। ਅੱਛਾ ਜੀ, ਇਹ ਪੁਰਾਣਾ ਹੀ ਸੀਗਾ ਸਭ ਕੁਛ, ਇਹਨੂੰ ਹੁਣ ਇੱਦਾਂ ਯੂਜ਼ ਕੀਤਾ ਹੋਇਆ ਜੋ ਆਪਣਾ ਸੂਟ ਸਾਫ ਹੋ ਗਿਆ ਜੀ। ਇਹ ਦਿਖਾਇਓ ਆਪਣਾ ਸਟੋਰ ਪਿਛਲਾ ਜੀ, ਆ ਜੀ ਪਿਛਲਾ ਸਟੋਰ ਆ ਜੋ। ਵਾਹ ਵਾਹ, ਇਹ ਪਿਛਲਾ ਸਟੋਰ ਹੈ ਉਹ ਪਿਛਲੀ ਪਾਕਿਸਤਾਨੀ ਆਪ ਜਿਹੜੀ ਚੀਜ਼ ਹੈ ਪਾਕਿਸਤਾਨੀ ਹੈ, ਇਹਨੂੰ ਅਸੀਂ ਸਰੀਏ ਸਰੀਏ ਪਾਤੇ। ਹਾਂਜੀ ਵੈਸੇ ਬਹਿਣ ਦਈਏ ਥੱਲੇ। ਆਹ ਦੇਖੋ ਜੀ ਦੀਵਾਰ ਕਿੰਨੀ ਚੌੜੀ ਹੈ, ਵਾਹ ਜੀ ਵਾਹ ਜੀ ਵਾਹ। ਇੱਥੇ ਕਿੱਥੇ ਪੁੱਜਣੀ ਹੈ ਧੁੱਪ, ਕਿੱਥੇ ਪੁੱਜਣੀ ਹੈ ਗਰਮੀ, ਇਹ ਹੈ ਨਹੀਂ ਜੀ। ਇੱਥੇ ਇੱਕ ਆ ਪੁਰਾਣਾ ਵਾਲਾ, ਹਾਂ ਆਹ ਵਿਖਾਇਓ ਵਾਲਾ ਜੀ, ਇਹ ਪੁਰਾਣਾ ਵਾਲਾ ਇਹ ਰੱਖਣੇ ਹੁੰਦੇ ਹਨ, ਇੱਥੇ ਰੱਖਣਾ ਵੀ ਹੈ ਜੀ, ਬੜਾ ਤਗੜਾ ਰੱਖਣਾ। ਹਾਂ ਹਾਂ ਵਾਹ, ਰੱਖਣਾ ਉੱਪਰ ਜਿਹੜੇ ਨੇ ਸੋਨਾ ਸਾਣਾ ਕੋਈ ਬੰਦਾ ਲੁਕੋ ਸਕਦਾ। ਦੇਖੀਏ ਜਿੱਥੇ ਉਹ ਆਪਣਾ ਕੀਮਤੀ ਸਮਾਨ ਰੱਖਦੇ ਸਨ ਮੀਆਂ ਸਾਹਿਬ ਦੇ ਪਰਿਵਾਰ ਵਾਲੇ। ਨਹੀਂ ਹੁਣ ਬੰਦ ਹੋ ਗਈ ਹੈ, ਲੇਕਿਨ ਉੱਪਰ ਲੱਗਾ ਹੋਇਆ ਢੱਕਣ ਉਹਦਾ। ਅੱਛਾ ਜੀ, ਗੁਪਤ, ਹਾਂ ਗੁਪਤ, ਹਾਂ ਗੁਪਤ ਥਾਂ ਬਣਾਇਆ ਹੋਇਆ ਹੈ ਜੀ, ਬਾਕੀ ਦਾ ਪਤਾ ਲੱਗੇ ਇਹਨੂੰ ਸਟੋਰ ਯੂਜ਼ ਕਰੀਦਾ। ਵਾਹ ਜੀ ਵਾਹ। ਆਹ ਦੇਖੋ ਜੀ ਬਾਥਰੂਮ, ਇਹ ਅੰਦਰੋਂ ਪੁਰਾਣੀਆਂ ਇੱਟਾਂ ਦੀ ਬਣੀਆਂ ਦੁਆਰਾਂ ਦੇ ਲਈ ਸੁੰਦਰ ਬਾਥਰੂਮ ਬਣਾਇਆ ਗਿਆ ਹੈ, ਔਰ ਉਹ ਹੀ ਇਹ ਪੁਰਾਣਾ ਆਲਾ। ਵਾਹ ਮਾਡਰਨ ਡਾਕਾ ਹੈ ਜੀ, ਪੁਰਾਣੀ ਇੱਟਾਂ ਦਾ ਬਣਿਆ ਹੋਇਆ, ਥੱਲੇ ਖਾਨੇ ਬਣੇ ਹੋਏ ਨੇ। ਹਾਂਜੀ ਇਹ ਸੀ ਜੀ ਪੁਰਾਣਾ ਘਰ, ਉਹ ਤੁਹਾਨੂੰ ਹਾਂਜੀ ਬਿਲਕੁਲ ਠੰਡੇ ਰਹਿੰਦੇ ਆ, ਉਹ ਦੁਬਾਰਾ ਚੌੜੀ ਚੌੜੀਆਂ ਉਸੇ ਤਰ੍ਹਾਂ ਦਿੱਲੀ। ਹਾਂ ਜੀ ਪੁਰਾਣੇ ਆ ਰਹੇ ਹੁੰਦੇ ਹਨ।
और ये तस्वीर है तुहाडे पिता जी दी है, दर हजारा सिंह पिंड नंगल नंगल पिंड नंगल इहदे लागे किहड़े 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 पिंड सन? सीओ वाल सी अपने अंग्रेजा आर्मी भर्ती हुए सी 1945 लाई सी इन्होंने 60 साल पेंशन खाधी सरदार हजारा सिंह, माता चंदन कौर, परिवार बैठा परमजीत सिंह दे दो बेटे। अच्छा तेरी माता नाग चंदन कौर कितने से नानके उठे पाकिस्तान? साढ़े नानके तो सानू नहीं पता जी, साढ़े जरा ही ना आधे गोद के लिए ना दी। हाँ जी, तो गेल सान गेल सान गेल सान दे नाने साढ़े दे चार पुत्र हैं, चार ही मार के ना माँ साढ़ी कल्ली से हूँ नानके जी कोई अगे चाचे दाए है के ने पता होना भी कितने देखे ने ਕਿੱਥੋਂ ਦੇ ਸਰ ਪਿੱਛੋਂ ਪਿੱਛੋਂ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਨਾ ਜੀ ਕਦੇ ਹੁਣ ਬਿੱਲ ਨਾ ਮਿਲਣਾ ਤੁਹਾਨੂੰ ਪਤਾ ਹੀ ਹੈ ਸਮਝ ਆਇਆ ਨਾ ਮਾਲਾ ਸਾਡੀ ਦੇ ਨਾਮ ਨੂੰ ਸੰਗੀਆਂ ਸਾਨੂੰ ਹਾਂ ਜੀ ਸਾਡੀ ਆ ਸਰੰਗੀਆਂ ਸਰੰਗੀਆਂ ਸਾਡੀ ਮਾਤਾ ਨਾਨਕੇ ਸੰਗੀਆਂ ਸਾਨੂੰ ਉਹ ਨਾਗਰੇ ਸਾਨਾ ਹਾਂ ਜੀ ਹਾਂ ਮੇਰੀ ਮਾਤਾ ਦੀ ਮਾਤਾ ਜਿਹੜੀ ਨਾਂਗਰੀ ਸੀ ਉਹ ਆਓ ਬਖਾਨੇ ਤੁਹਾਨੂੰ ਛੱਤ ਤੋਂ ਹੁਣ ਇਹ ਪੁਰਾਣਾ ਘਰ ਛੱਤ ਤੋਂ ਪਤਾ ਲੱਗੇਗਾ ਇਹ ਕਿੰਨੀਆਂ ਦੀਵਾਰਾਂ ਚੌੜੀਆਂ ਸਨ लो जी आ देखो उही पुरानिया पौड़िया और पौड़िया पेड़ किया गया हाँ देखो जी और तुम पिछों दे सकते हो जी है देखो दीवार चौड़िया दीवारा लगभग उत्तों 2.5 फुट चौड़ी 2.5 फुट चौड़ी दीवार उत्ते थले 5 तो लैके 6 फुट तक चौड़ी होनी है यह जी ना हो घोड़ेवाह राजपूतों का एक किसी समय शहर हुंदा सी देखो ये दोबारा आह पानी निकलने वाला पातशाह ओ आद नजर आने इटा छोटी वो देखो छोटी छोटी इटा अंदर सब इटा छोटिया सरहदी इटा बनया हुआ मकान अद्भुत यह है जी लगभग 3 फुट चौड़ी उत्तों ही थल्यों कि चौड़ी होंगी होगी यह है राह यह है दरबार पीर बाबा रोशन शाह जी राहों लो जी कालो साहब ने नाम लिखे हुए हैं वडेरिया दे पीढ़ी दे वडेरिया दे नाम है परमजीत सिंह सानू हजारा सिंह हाँ जी हजारा सिंह सानू सोन सिंह
ਸੋਹਣ ਸਿੰਘ ਸਨ ਉਹ ਗੰਡਾ ਸਿੰਘ, ਗੰਡਾ ਸਿੰਘ ਸਨ ਉਹ ਮੁੰਗਲ ਸਿੰਘ, ਮੁੰਗਲ ਸਿੰਘ ਸਨ ਉਹ ਸੁੱਖਾ ਸਿੰਘ। ਉਸ ਤੋਂ ਅੱਗੇ ਨਹੀਂ ਪਤਾ, ਉਸ ਤੋਂ ਅੱਗੇ ਨਹੀਂ ਪਤਾ ਵੀ ਇਹ ਇੰਨੇ ਮਤਲਬ ਕਿ ਸਾਡੇ ਫਾਦਰ ਸਾਹਿਬ ਲਿਖਾ ਗਏ ਸਨ। ਵਾਹ ਜੀ ਵਾਹ ਵਾਹ। ਫਾਦਰ ਸਾਹਿਬ ਦਾ ਪਾਕਿਸਤਾਨ ਦਾ ਜਨਮ ਸੀ, ਪਾਕਿਸਤਾਨ ਦੀ ਭਰਤੀ ਹੋਏ ਸੀਗੇ, ਉੱਥੋਂ ਹੀ ਅੰਗਰੇਜ਼ਾਂ ਦੀ ਆਰਮੀ 'ਚ ਗਏ, ਫਿਰ ਉੱਥੋਂ ਹੀ ਰਿਟਾਇਰ ਹੋ ਗਏ ਪਾਕਿਸਤਾਨ। ਪਿੰਡ ਨੰਗਲ ਨੇੜੇ ਸੀਓਵਾਲ, ਸੀਓਵਾਲ ਨੰਗਲ ਤਹਿਸੀਲ ਪਸਰੂਰ, ਪਿੰਡ ਨੰਗਲ ਸੀਗਾ, ਹੁਣ ਨੰਗਲ ਧਾਰ ਸਨ ਕਹਿੰਦੇ ਵੀ ਦਰਿਆ ਦੇ ਲਾਗੇ ਕੋਈ ਪਿੰਡ ਸੀ, ਹੁਣ ਪਤਾ ਨੀ ਪਿੰਡ ਢਹਿ ਗਿਆ ਕਿ ਹੈਗਾ ਕੀ ਹੈ ਕੀ ਨਹੀਂ। ਸਾਡੇ ਪੁਰਾਣੇ ਬਜ਼ੁਰਗ ਗਏ ਸੀਗੇ, ਉਹਨਾਂ ਨੇ ਵੇਖਿਆ ਸੀ ਜਾ ਕੇ ਵੀ ਉਹ ਕਹਿੰਦੇ ਪਿੰਡ ਪਤਾ ਨਹੀਂ ਹੈ, ਹੁਣ ਪਿੰਡ ਪਿੱਛੇ ਜਿਹੜਾ ਕਿਤੇ ਜਿਹੜਾ, ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਕਿਉਂਕਿ 1964 ਦਾ ਮੇਰਾ ਵਰਤ ਤੇ। ਇਹ ਦੇਖੋ ਜੀ ਦੀਵਾਰ, ਇਹ ਕੁੰਡੇ ਪੁਰਾਣੇ ਹੀ ਸਨ, 47 ਵੇਲੇ ਦੇ ਲੱਗੇ ਨੇ ਜੀ ਆ ਰਹੇ। ਇੱਕ ਇਹ ਕੁੰਡਾ ਹੈ, ਇਹ ਦੇਖੋ ਇਹ ਵੀ ਹੈ ਨੇ, ਇਹ ਵੀ ਇਹਦੇ ਕੁੰਡੇ, ਹਾਂ ਚਾਰੇ ਪਾਸੇ ਕੁੰਡੇ ਲਗਾਏ ਹੋਏ ਨੇ, ਲੱਗਦਾ ਇਹ ਚਾਨੀਆਂ ਤਾਂਡੇ ਹੋਣਗੇ। ਇਹ ਇਹਦੇ ਕੁੰਡੇ, ਇਹ ਕੁੰਡੇ ਤੋੜੀ ਕੁੰਡੇ, ਵਾਹ ਇਹ ਕੁੰਡਿਆਂ ਨੂੰ ਨਹੀਂ ਛੇੜਿਆ ਇਹਨਾਂ ਨੇ, ਨਿਸ਼ਾਨੀਆਂ ਨੂੰ ਜੀ ਅੱਛਾ। ਇਹ ਪੁਰਾਣੀ ਬਣੀ ਹੋਈ ਹੈ ਕੀ ਦੱਸਦੇ ਆ, ਤਾਜ਼ੀਆਂ ਨਿਕਲਦਾ ਹੁੰਦਾ ਇੱਥੋਂ, ਇੱਥੇ ਤਾਜ਼ੀਆਂ ਨਿਕਲਦਾ ਸੀ ਜਿਹੜਾ ਆਹ ਕਮਰਾ ਨਾ। ਹਾਂਜੀ ਦੇਖੋ ਅੱਛਾ, ਇੱਥੋਂ ਦੀ ਵਿੱਚ ਅੰਦਰ ਬਾਹਰ ਜਾਂਦੇ ਸਨ, ਇੱਕੋ ਹੀ ਘਰ ਸੀ ਪਹਿਲਾਂ ਇਹ, ਹੁਣ ਬੰਦ ਕਰਤਾ ਗਿਆ, ਬੰਦ ਕਰਤਾ ਦਰਵਾਜਾ। ਆ ਜਿਹੜੀ ਮੌਂਤੀ ਤੇ ਬਣੀ ਸਾਡੇ, ਇਹਨੇ ਦੋ ਰਸਤੇ ਸਨ ਜਿਹੜੇ ਉੱਪਰ ਬਣੇ ਪੌੜੀ ਤੇ, ਦੋ ਸਨ, ਦੋ ਪੌੜੀਆਂ ਸਨ, ਉਹਨੇ ਪਾਸੇ ਰਸਤੇ ਸਨ, ਇੱਕ ਪਾਸੇ ਬੰਦ ਕਰ ਦਿੱਤਾ, ਕੁੰਡੇ ਉਸੇ ਤਰ੍ਹਾਂ ਬਰਕਰਾਰ ਨੇ। ਕੁੰਡਾ ਕੁੰਡੇ ਲੱਗੇ ਦੱਸਦੇ, ਇੱਕ ਤਾਜ਼ਾ ਨਿਕਲਦਾ ਹੁੰਦਾ ਸੀ ਇੱਥੋਂ। ਮੀਆਂ ਸਾਹਿਬ ਦੀ ਰੂਹ ਅਜੇ ਵੀ ਇੱਥੇ ਹੀ ਹੈ ਘੁੰਮਦੀ। ਹਾਂਜੀ, ਤੇ ਉਹ ਆਂਦੀ ਵੀ ਅਸੀਂ ਜਦੋਂ ਕੋਈ ਕੰਮ ਕਰਨਾ ਨਾ, ਉਹਨਾਂ ਦੀ ਸਲਾਹ ਲੈ ਕਰਨੇ ਆ, ਮਤਲਬ ਮੱਥਾ ਟੇਕ ਕੇ ਪ੍ਰਸ਼ਾਦ ਬਣਾਈਦਾ। ਅੱਛਾ ਜੀ, ਕਰੀਦਾ। ਅਸੀਂ ਵੀ ਇੱਕ ਵਾਰੀ ਆ ਉੱਪਰ ਵਾਲੀ ਢਾਲਤੀ ਸੀ ਨਾ, ਆਏ ਉੱਪਰ ਵਾਲੀ ਮੂਰਤੀ ਜਿਹੜੀ ਢਾਲਤੀ ਮਾਤਾ ਨੇ, ਹਾਂਜੀ, ਤੇ ਸਾਡੇ ਦੇਵ ਡੈਡੀ ਨੂੰ ਸੱਟ ਲੱਗ ਗਈ ਸੀ। ਅੱਛਾ, ਫਿਰ ਅਸੀਂ ਦੁਬਾਰਾ ਬਣਵਾਈ ਤੇ ਉਹ ਬਣਾਈ ਸੀ। ਤੇ ਕੁੰਡੇ ਨਹੀਂ ਪੁੱਟ ਯਾਦ ਰੱਖੀਆਂ ਹੋਈਆਂ ਨੇ, ਹਾਂ ਕੁੰਡੇ ਸਾਰੇ, ਹਾਂ ਇੱਕ ਇਹ ਲੱਗਦਾ ਚਾਨੀਆਂ ਇਹਦੇ ਨਾਲ ਬੰਨ੍ਹ ਹੋਣੇ, ਵਿੱਚ ਕੁੰਡੇ ਨਿਕਲੇ ਨਾ, ਫਿਰ ਸਾਡੇ ਮਾਤਾ ਜੀ ਨੇ ਇੱਕ ਇੱਥੇ ਇੱਕ ਇੱਥੇ ਤੇ ਉੱਪਰ ਚਾਰੇ ਪਾਸੇ ਲਵਾ ਦਿੱਤੇ ਕੁੰਡੇ। ਅੱਛਾ, ਕਹਿੰਦੇ ਸੁੱਟਣੇ ਨਹੀਂ ਹੈ, ਸਾਂਭ ਕੇ ਰੱਖਿਆ ਉਹਨਾਂ ਨੇ। ਬੜੀ ਬੜੀ ਚੌੜੀ ਕੰਧ ਸੀ ਇੱਥੇ, ਉਹਦੇ ਸ਼ਤੀਰੀਆਂ ਬੜੀ ਬੜੀ ਵੱਡੀਆਂ ਸ਼ਤੀਰੀਆਂ, ਜਦੋਂ
ਲਾਈਆਂ ਨੇ 10-10 ਬੰਦਿਆਂ ਨੂੰ ਲਾ ਕੇ ਰੱਸੇ ਪਾ ਕੇ ਲਾਈਆਂ ਐਡੀ ਵੱਡੀ ਇਸ਼ਤੀਨੀਆਂ ਸਨ ਹਾਂਜੀ ਇੰਨੀਆਂ ਭਾਰੀਆਂ ਸਨ ਕਿੰਨੇ ਚਾਵਾਂ ਮਲਾ ਰਨ ਬਣਾਏ ਹੋਏ ਕੇ ਮਕਾਨ ਆ ਜੇ ਸਾਹਮਣੇ ਘਰ ਆਏ ਹੁੰਦੇ ਕੋਠੀ ਬਣੀ ਆਈ ਸੀ ਇਹ ਵੀ ਸਾਰੀ ਛੋਟੀ ਇਟਲੀ ਸੀ ਇਹਨੂੰ ਢਾ ਕੇ ਫਿਰ ਦੁਬਾਰਾ ਬਣਾਇਆ ਉਹ ਸਾਹਮਣੇ ਇਹ 3 ਮੰਜ਼ਲੀ ਕੋਠੀ ਬਣਾਈ ਦੁਬਾਰਾ ਢਾ ਕੇ ਨਿੱਕੀ ਇੱਟ ਬਹੁਤ ਨਿਕਲੀ ਇੱਥੋਂ ਸਾਰੀ ਬਣ ਦਿੱਤੀ ਇਹਨਾਂ ਨੇ ਇੱਥੇ ਓਹੋ ਵੇਖੋ ਕੀ ਇਨਸਾਨ ਉਹਨਾਂ ਨੇ ਪਤਾ ਥੋੜੀ ਸੀ ਸਾਨੂੰ ਛੱਡ ਕੇ ਜਾਣਾ ਪੈਣਾ ਉਹ ਇੱਕ ਵਿਚਾਰੇ ਘਰ ਮੁਸਲਮਾਨ ਆਏ ਸਨ ਇੱਕ ਨਾਲ ਬੇਗਮ ਵੀ ਸੀ ਤੇ ਇੱਥੇ ਨਾਲ ਹੀ ਘਰੇ ਕਹਿੰਦੀ ਸੀ ਕਹਿੰਦੇ ਸਾਡੀ ਹਵੇਲੀ ਹੁੰਦੀ ਸੀ ਇਹ ਇਹ ਸਾਹਮਣੇ ਹਾਂ ਆ ਘਰ ਦੇ ਨਾਲ ਹੀ ਘਰੇ ਤੇ ਕਹਿੰਦੇ ਸਾਡੀ ਹਵੇਲੀ ਹੁੰਦੀ ਸੀ ਇਹ हाँ जी इत्थे सी जी डॉक्टर मियां साहब का वैदखाना यानी कि जिथे इलाज करते सन और इसे दस दिन बड़े बड़े हमाम बड़े भांडे जिस दवाइयां बनदियां सन वो निकले सन रोड़ी कुट दी है पुरानी इट्टा की कौल साहब इत्थे की निकलिया बाद च बहुत समान निकले इत कुछ हमाम दस्ते जिस दवाइया बन दया सन अच्छा अगे तक सी ये सारा दवाखाना।